ਆਪਣੇ ਮੁੰਡੇ ਨੂੰ ਗੱਡੀ ਸਿਖਾਉਣ ਦੇ ਚੱਕਰਾਂ 'ਚ ਮਾਰਤਾ ਗਰੀਬ ਦਾ ਜਵਾਕ, ਗੱਡੀ ਥੱਲੇ ਦੇ ਤਾਂ 4 ਸਾਲਾਂ ਦਾ ਮਾਸੂਮ। ਸੀਸੀਟੀਵੀ ਤਸਵੀਰਾਂ 'ਚ ਦੇਖੋ ਚਿੱਟੇ ਰੰਗ ਦੀ ਤੁਹਾਨੂੰ ਸਕਾਰਪੀਓ ਗੱਡੀ ਦਿਖ ਰਹੀ ਹੋਵੇਗੀ, ਇਸੇ ਦੇ ਹੇਠਾਂ ਆਉਣ ਕਰਕੇ 4 ਸਾਲਾਂ ਦੇ ਬੱਚੇ ਦੀ ਜਾਨ ਚਲੀ ਗਈ ਹੈ। ਦਰਅਸਲ ਬਟਾਲਾ ਦੇ ਸਟਾਫ ਰੋਡ 'ਤੇ ਦੇਰ ਸ਼ਾਮ ਨੂੰ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ ਵਿਅਕਤੀ ਆਪਣੇ ਨਾਬਾਲਗ ਬੱਚੇ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਸੀ। ਅਚਾਨਕ ਗੱਡੀ ਦਾ ਬੈਲੈਂਸ ਵਿਗੜਦਾ ਹੈ, ਗੱਡੀ ਗਲੀ ਵਿੱਚੋਂ ਜਿਹੜੇ ਪੈਦਲ ਜਾ ਰਹੇ ਸੀ ਮਾਂ ਪੁੱਤ ਉਹ ਗੱਡੀ ਦੀ ਚਪੇਟ 'ਚ ਆ ਜਾਂਦੇ ਨੇ ਅਤੇ ਜਿਹੜਾ ਪੁੱਤ ਹੈ ਉਹਨਾਂ ਦਾ 4 ਸਾਲਾਂ ਦਾ ਉਹ ਗੱਡੀ ਦੇ ਹੇਠਾਂ ਆ ਜਾਂਦਾ ਹੈ। ਬੱਚੇ ਦਾ ਨਾਂ ਸ਼ੁਭਮ ਦੱਸਿਆ ਜਾ ਰਿਹਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਔਰਤ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ, ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਗੱਲ ਹੈਗੀ ਹੈ 4 ਸਾਲ ਦੇ ਬੱਚੇ ਦੀ, ਅਤੇ ਜੇਕਰ ਨਾਬਾਲਗ ਨੂੰ ਉਸਦਾ ਪਿਤਾ ਗੱਡੀ ਸਿਖਾ ਰਿਹਾ ਸੀ ਤਾਂ ਕਿਸੇ ਖੁੱਲ੍ਹੀ ਜਗ੍ਹਾ 'ਤੇ ਸਿਖਾਉਣੀ ਚਾਹੀਦੀ ਸੀ। ਗਲੀ ਦੇ ਵਿੱਚ ਗੱਡੀ ਸਿਖਾਈ, ਗੱਡੀ ਡਿਸਬੈਲੈਂਸ ਹੋਈ, ਰੇਸ ਜ਼ਿਆਦਾ ਦੇਰ ਹੋ ਗਈ, ਜਿਸ ਤੋਂ ਬਾਅਦ ਏਡਾ ਵੱਡਾ ਹਾਦਸਾ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਮੋਨੀ ਦੇਵੀ ਆਪਣੇ 4 ਸਾਲਾਂ ਪੁੱਤਰ ਦੇ ਨਾਲ, ਜਿਸਦਾ ਨਾਮ ਸ਼ੁਭਮ ਹੈ, ਗਲੀ ਦੇ ਵਿੱਚੋਂ ਪੈਦਲ ਮੰਦਿਰ ਲਈ ਜਾ ਰਹੀ ਸੀ। ਅਚਾਨਕ ਸਕਾਰਪੀਓ ਗੱਡੀ ਉਹਨਾਂ ਦੇ ਵਿੱਚ ਜਾ ਕੇ ਟਕਰਾਉਂਦੀ ਹੈ ਅਤੇ ਗੱਡੀ ਦੇ ਹੇਠਾਂ ਨਾਬਾਲਗ ਬੱਚਾ ਆ ਜਾਂਦਾ ਹੈ ਅਤੇ ਜਿਸ ਕਰਕੇ ਉਸਦੀ ਮੌਤ ਹੋ ਜਾਂਦੀ ਹੈ। ਸ਼ੁਭਮ ਕੁਮਾਰ ਦੀ ਮੌਤ ਹੋਈ ਹੈ। ਮਹਿਜ਼ 4 ਸਾਲਾਂ ਦਾ ਬੱਚਾ ਸੀ, ਆਪਣੀ ਮਾਂ ਦੇ ਨਾਲ ਮੰਦਿਰ ਜਾ ਰਿਹਾ ਸੀ, ਪਤਾ ਵੀ ਨਹੀਂ ਸੀ ਕਿ ਰਾਹ ਦੇ ਵਿੱਚ ਇਹ ਹਾਦਸਾ ਹੋ ਜਾਵੇਗਾ। ਪੁਲਿਸ ਦੇ ਵੱਲੋਂ ਜਿਹੜੀ ਸਕਾਰਪੀਓ ਹੈ ਉਸਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਹਾਦਸਾ ਬੇਹੱਦ ਭਿਆਨਕ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਇਆ ਹੈ। ਗੱਡੀ ਇੱਕ ਵਾਰ ਨਹੀਂ ਸ਼ੁਭਮ 'ਤੇ 2 ਵਾਰ ਚੜ੍ਹੀ ਹੈ, ਜਿਸ ਕਰਕੇ ਸ਼ੁਭਮ ਦੀ ਜਾਨ ਚਲੀ ਗਈ। ਪਿਤਾ ਦੇ ਵੱਲੋਂ ਆਪਣੇ ਨਾਬਾਲਗ ਮੁੰਡੇ ਨੂੰ ਗੱਡੀ ਸਿਖਾਈ ਜਾ ਰਹੀ ਸੀ, ਗੱਡੀ ਵੀ ਸਕਾਰਪੀਓ, ਉਹ ਵੀ ਗਲੀ ਦੇ ਵਿੱਚ। ਤੁਹਾਡੇ ਮੁਤਾਬਕ ਇਸ ਹਾਦਸੇ ਦੇ ਵਿੱਚ ਗਲਤੀ ਪਿਤਾ ਦੀ ਹੈ ਜਾਂ ਫਿਰ ਉਸ ਨਾਬਾਲਗ ਬੱਚੇ ਦੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ।